ਸਤਿ ਸ਼੍ਰੀ ਅਕਾਲ ਜੀ, ਸਵਾਗਤ ਜੀ ਤੁਹਾਡਾ ਵਾਰਨ ਫੈਮਿਲੀ ਵਲੌਗਸ ਵਿੱਚ। ਹੋਰ ਸੁਣਾਓ ਜੀ ਸਰ, ਕਿਵੇਂ? ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ, ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਣ ਫਿਰ ਅੱਜ ਖੁਸ਼ ਹੋਵੋਗੇ। ਹਾਂਜੀ, ਅੱਜ ਦਿਨ ਹੈਗਾ ਵੀਰਵਾਰ ਦਾ। ਹਾਂ, ਅੱਜ ਦਿਨ ਹੈਗਾ ਵੀਰਵਾਰ ਦਾ ਜੀ। ਸਾਡੇ ਗੁਆਂਢੀ ਇੱਧਰ ਦੂਜੇ ਪੱਤੀ ਵਾਲਿਆਂ ਨੇ ਪਾਠ ਰਖਾਉਣਾ। ਬਾਬਾ ਜੀ ਦੀ ਆਵਾਜ਼ ਆ ਰਹੀ ਹੈ ਅਤੇ ਧੁੱਪ ਐਨ ਪੂਰੀ ਖੁੱਲੀ ਹੋਈ ਆ, ਧੱਪਾ ਲੱਗਿਆ। ਅੱਜ ਫਿਰ ਰਜਾਈ ਧੁੱਪ ਲਵਾਉਣ, ਇੱਕ ਮਿੰਟ ਹਾਂਜੀ, ਰਜਾਈ ਆਪਾਂ ਪਾਇਆ ਹੈ। ਕਿਚਨ ਆਪਾਂ ਨੇ ਕਲੀਨ ਕਰ ਲਈ, ਕੱਲ੍ਹ ਉੱਥੋਂ ਸਾਫ਼ ਕਰੀ ਸੀ ਆਪਾਂ ਨੇ, ਕਿਚਨ ਦੇ ਕੰਮ ਆਪਣੇ ਨਿਬੜ ਗਏ। ਅਤੇ ਅੱਜ ਆਪਾਂ ਚੱਕਾਂਗੇ ਆਪਣੀ ਚਾਦਰ ਬੈੱਡਸ਼ੀਟ, ਉਹ ਵੀ ਚੱਕਾਂਗੇ ਉੱਧਰੋਂ ਵੀ। ਬਣੇ ਰਹੋ ਜੀ ਮੇਰੀ ਵੀਡੀਓ ਦੇ ਨਾਲ। ਹਾਂਜੀ, ਇੱਥੇ ਮੈਂ ਲੱਗ ਗਈ ਸੀਗੀ ਰੂਮ ਦੀ ਸਫਾਈ ਕਰਨ, ਮੈਂ ਲੱਗ ਗਈ ਸੀਗੀ ਬੈੱਡ ਸ਼ੀਟ ਚੇਂਜ ਕਰਨ, ਕਿਉਂਕਿ ਕਾਫ਼ੀ ਦਿਨ ਹੋ ਗਏ ਸੀਗੇ, ਮੈਨੂੰ ਲੱਗਦਾ 10 ਕੁ ਦਿਨ ਹੋ ਗਏ ਹੋਣੇ ਆ। ਹਾਂ, 10 ਦਿਨ ਹੋ ਗਏ ਸੀਗੇ ਇਹਨੂੰ ਵਿਛਾਈ ਹੋਈ ਨੂੰ। ਫਿਰ ਮੈਂ ਕਿਹਾ ਚਲੋ ਹੁਣ ਸੋਹਣੀ ਧੁੱਪ ਨਿਕਲਣ ਲੱਗ ਗਈ ਵੀ ਚੱਕ ਦਿੰਦੀ ਹਾਂ ਇਹਨੂੰ, ਮੈਂ ਚੇਂਜ ਕਰ ਦਿੰਦੀ ਹਾਂ। ਅਤੇ ਆਪਾਂ ਇਹਨੂੰ ਲੱਗ ਗਏ ਸੀਗੇ ਚੇਂਜ ਕਰਨ, ਅਤੇ ਆਪਾਂ ਨਾਲ ਦੇ ਬੈੱਡ ਦੀ ਵੀ ਚੇਂਜ ਕਰਾਂਗੇ। ਅੱਜ ਤਾਂ ਇਹ ਬੈੱਡ ਸ਼ੀਟ ਨੇ ਮੇਰਾ ਲਹੂ ਪੀ ਲਿਆ। ਪਹਿਲਾਂ ਮੈਂ ਵਿਛਾਈ ਸੈੱਟ ਜੀ ਉਹ ਨਹੀਂ ਸੀ ਆ ਰਹੀ, ਪਤਾ ਨਹੀਂ ਕੀ ਗੱਲ ਹੋ ਗਈ, ਨਹੀਂ ਮੇਰੀ ਇੱਕ ਵਾਰ ਬੈੱਡ ਸ਼ੀਟ ਵਿਛਾਉਣ 'ਤੇ ਜਦੇ ਸੈੱਟ ਆ ਜਾਂਦੀ ਆ। ਅੱਜ ਇਹਨੂੰ ਮੈਂ 2-3 ਵਾਰ ਵਿਛਾਇਆ, ਫਿਰ ਜਾ ਕੇ ਇਹ ਸੈੱਟ ਆਈ ਆ। ਪਤਾ ਨਹੀਂ ਤਾਂ ਵੀ ਮੈਂ ਹੀ ਥੋੜ੍ਹਾ ਜਿਹਾ ਪਤਾ ਨਹੀਂ ਕੀ ਗਿਆ, ਕਦੇ ਕਦੇ ਹੋ ਜਾਂਦਾ। ਚਲੋ ਆਹ ਦੇਖੋ, ਅੱਜ ਸੈੱਟ ਹੀ ਨਹੀਂ ਸੀਗੀ ਆ ਰਹੀ, ਅਤੇ ਮੈਂ ਨਾ 2-3 ਵਾਰ ਵਿਛਾ ਕੇ ਫਿਰ ਲੋਟ ਕਰੀ ਆ। ਦੇਖੋ ਹੁਣ ਸਹੀ ਹੋਊਗੀ, ਹੁਣ ਵਿਛਾ ਹੋਊਗੀ। ਹਾਂਜੀ, ਜਿਹੜੇ ਮੇਰੇ ਚੈਨਲ 'ਤੇ ਨਿਊ ਆਏ ਹੋ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਓ ਜੀ, ਔਰ ਮੇਰੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ, ਅਤੇ ਆਪਣਾ ਪਿਆਰ ਅਤੇ ਸਪੋਰਟ ਜ਼ਰੂਰ ਬਣਾ ਕੇ ਰੱਖੋ, ਅਤੇ ਮੇਰੇ ਵਲੌਗ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰ ਦਿਆ ਕਰੋ। ਜੇ ਤੁਹਾਨੂੰ ਕੁਛ ਥੋੜ੍ਹਾ ਜਿਹਾ ਵੀ ਵਿੱਚ ਵਧੀਆ ਲੱਗਦਾ ਹੁੰਦਾ ਨਾ, ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ, ਹੈ ਨਾ। ਅਤੇ ਇੱਥੇ ਜੀ ਆਪਾਂ ਬੈੱਡ ਸ਼ੀਟ ਵਿਛਾ ਲਈ ਸੀਗੀ, ਉਸ ਤੋਂ ਬਾਅਦ ਮੈਂ ਇੱਧਰਲੇ ਬੈੱਡ ਦੀ ਵੀ ਅੱਜ ਚੇਂਜ ਕਰ ਦੂੰਗੀ, ਕਿਉਂਕਿ ਇਹਨੂੰ ਵਿਛਾਈ ਨੂੰ ਕਾਫ਼ੀ ਟਾਈਮ ਹੋ ਗਿਆ ਸੀਗਾ, ਮੈਨੂੰ ਲੱਗਦਾ 15-20 ਦਿਨ ਹੋ ਗਏ ਸੀਗੇ, ਕਿਉਂਕਿ ਇੱਧਰਲੇ ਬੈੱਡ 'ਤੇ ਅਸੀਂ ਨਹੀਂ ਜ਼ਿਆਦਾ ਬੈੱਡ 'ਤੇ ਖੜ੍ਹਦੇ, ਤਾਂ ਕਰਕੇ ਫਿਰ ਇਹਦੇ ਥੋੜ੍ਹੇ ਜਿਹੇ ਦਿਨ ਮੈਂ ਲੰਘਾ ਦਿੰਦੀ ਹੁੰਦੀ ਹਾਂ। ਅਤੇ ਤੁਸੀਂ ਯਕੀਨ ਮੰਨੋਗੇ, ਦੂਜੇ ਰੂਮ ਦੇ ਬੈੱਡ ਦੀ ਤਾਂ ਮੈਂ ਚਾਦਰ ਹੀ ਨਹੀਂ, ਜਿੱਦਣ ਦੀ ਸਰਦੀ ਦੀ ਵਿਛਾਈ ਆ, ਮੈਂ ਚੇਂਜ ਹੀ ਨਹੀਂ ਕੀਤੀ, ਨਾ ਮੈਂ ਵਾਸ਼ ਕੀਤੀ ਆ। ਕਿਉਂ? ਕਿਉਂਕਿ ਨਾ ਤਾਂ ਅਸੀਂ ਉੱਧਰ ਬੈਠਦੇ ਹਾਂ, ਨਾ ਉੱਧਰ ਪਹਿਨਿਆ, ਨਾ ਉੱਧਰ ਸੋਨਿਆ, ਤਾਂ ਕਰਕੇ ਉਹ ਸਾਫ਼ ਪਈ ਸੀਗੀ। ਫਿਰ ਮੈਂ ਕਿਹਾ ਕੀ ਆ, ਮੈਂ ਆਪਾਂ ਹੈ ਨਾ ਵਾਰ ਵਾਰ ਐਵੇਂ ਵੇਸਟ ਕਰਨੀ ਆ ਸਰਫ ਚੱਕ ਕੇ ਉਹਨੂੰ ਬਿਨਾਂ ਮਤਲਬ ਤੋਂ ਧੋਣਾ, ਹੈ ਨਾ, ਕਿਉਂਕਿ ਉੱਧਰਲੇ ਰੂਮ 'ਚ ਸਾਡੇ ਬਿਲਕੁਲ ਵੀ ਨਹੀਂ ਅਸੀਂ ਜਾਂਦੇ ਹੈਗੇ, ਬੈਠਦੇ ਖੜ੍ਹਦੇ ਹੈਗੇ, ਤਾਂ ਕਰਕੇ ਉਹ ਬਿਲਕੁਲ ਹੀ ਸਾਫ਼ ਪਈ ਸੀਗੀ। ਅਤੇ ਇੱਧਰਲੀ ਮੈਂ ਕਿਹਾ ਵੀ ਮੈਂ ਅੱਜ ਆਹ ਵਿਛਾ ਦਿੰਦੀ ਹਾਂ, ਮੈਂ ਨਾ ਦੂਜੀ ਨਹੀਂ ਵਿਛਾਈ, ਗਰਮ ਨਹੀਂ ਵਿਛਾਈ ਹੈਗੀ, ਕਿਉਂਕਿ ਹੁਣ ਮੌਸਮ 'ਚ ਵੀ ਚੇਂਜ ਆਉਣ ਲੱਗ ਗਿਆ, ਫਰਕ ਪੈਣ ਲੱਗ ਗਿਆ, ਥੋੜ੍ਹਾ ਜਿਹਾ ਧੁੱਪ ਨਿਕਲਣ ਲੱਗ ਗਈ। ਵੈਸੇ ਤਾਂ ਠੰਡ ਬਹੁਤ ਜ਼ਿਆਦਾ, ਹਵਾ ਠੰਡੀ ਕਾ ਚੱਲਣ ਕਰਕੇ ਨਾ ਬਹੁਤ ਜ਼ਿਆਦਾ ਠੰਡ ਹੋਈ ਹੋਈ ਆ। ਅਤੇ ਇੱਥੇ ਨਾ ਮੈਂ ਬਸ ਇੱਧਰੋਂ ਵੀ ਵਿਛਾਤੀ ਸੀਗੀ, ਮੈਂ ਕਿਹਾ ਚਲੋ ਇਹੀ ਵਿਛਾ ਦਿੰਦੀ ਹਾਂ ਆਪਣੀ। ਵੈਸੇ ਇਹ ਹੈਗੀ ਮੇਰੀ ਡਬਲ ਬੈੱਡ ਦੀ ਸੀਗੀ, ਫਿਰ ਮੈਂ ਡਬਲ ਕਰਕੇ ਨਾ ਇਹਨੂੰ ਵਿਛਾ ਦਿੰਦੀ ਹੁੰਦੀ ਇਹਦੇ ਪਰ। ਹੁਣ ਮੈਂ ਨਾ ਇੱਧਰ, ਮੈਨੂੰ ਬੱਚੇ ਵਿਛਾਉਣ ਨਹੀਂ ਦਿੰਦੇ ਹੈਗੇ ਇਹ ਬੈੱਡ 'ਤੇ, ਕਹਿ ਦਿੰਦੇ ਮੰਮਾ ਇੱਧਰ ਨਾ ਵਿਛਾਓ, ਇਹ ਨਹੀਂ ਸਾਨੂੰ ਵਧੀਆ ਲੱਗਦੀ ਹੈਗੀ, ਤਾਂ ਕਰਕੇ ਫਿਰ ਮੈਂ ਇਹਨੂੰ ਇੱਧਰੇ ਵਿਛਾ ਦਿੰਦੀ ਹੁੰਦੀ ਹਾਂ। ਅਤੇ ਇੱਥੇ ਜੀ ਆਪਾਂ ਸਾਰੀ ਆਪਣੀ ਸੈਟਿੰਗ ਕਰ ਲਈ ਸੀਗੀ, ਅਤੇ ਇਹ ਆਪਣਾ ਬਾਹਰ ਮੈਂ ਵਾਸ਼ਿੰਗ ਮਸ਼ੀਨ 'ਚ ਰੱਖਣ ਚਲੇ ਗਈ ਸੀਗੀ, ਅਤੇ ਆਪਾਂ ਕਰਤੀ ਸੀਗੀ ਸਾਰੇ ਰੂਮ ਦੀ ਕਲੀਨਿੰਗ। ਹਾਂਜੀ ਫਰੈਂਡਸ, ਮੈਂ ਨਹਾ ਲਈ, ਨਹਾ ਕੇ ਆਪਾਂ ਕੰਮ ਕਾਰ ਵੀ ਆਪਣੇ ਸਾਰੇ ਨਿਬੇੜ ਤੇ, ਅਤੇ ਹੁਣ ਮੈਂ ਚੱਲੀ ਹਾਂ। ਸਾਡੇ ਨਾ ਭੋਗ ਪੈਣਾ ਹੈ, ਇੱਕ ਬੀਬੀ ਦੀ ਡੈਥ ਹੋ ਗਈ ਸੀਗੀ, ਅਤੇ ਉਹ ਬੀਬੀ ਦਾ ਭੋਗ ਆ, ਅਤੇ ਮੈਂ ਚੱਲੀ ਹਾਂ ਉੱਥੇ। ਪਰ ਸੂਟ ਜਿਹੜਾ ਜਿਹੇ ਕਲਰ ਦਾ ਮੈਂ ਖੋਲ੍ਹਿਆ ਉਹੀ ਕਲਰ ਦਾ ਫੇਰ ਪਾ ਲਿਆ, ਪਰ ਥੋੜ੍ਹਾ ਜਿਹਾ ਕਲਰ ਇਹ ਡਾਰਕ ਆ, ਉਹ ਲਾਈਟ ਆ ਥੋੜ੍ਹਾ ਜਿਹਾ, ਇਹਦੇ ਨਾਲ ਉਹੋ ਜਿਹੇ ਕਲਰ ਦਾ ਫੇਰ ਪਾ ਲਿਆ।
ਇਹ ਮੇਰਾ ਵੈਲਵਟ ਦਾ ਸੂਟ ਆ ਮੈਂ ਕਿਹਾ, ਅਤੇ ਹੁਣ ਚੱਲੀ ਹਾਂ ਜਿਵੇਂ ਭੋਗ 'ਤੇ। ਉੱਧਰੋਂ ਸਾਡੇ ਇੱਕ ਦੀਦੀ ਆ ਅਤੇ ਇੱਕ ਆਂਟੀ ਨੇ, ਉਹ ਆ ਰਹੇ ਨੇ, ਫਿਰ ਮੈਂ ਚਲੇ ਜਾਣਾ। ਤੁਹਾਨੂੰ ਆ ਕੇ ਮਿਲੂੰਗੀ ਜੀ, ਮੈਂ ਭੋਗ 'ਤੇ ਜਾਇਆ ਵਾਂ। ਹਾਂਜੀ ਫਰੈਂਡਸ, 6:15 ਹੋ ਗਏ ਜੀ, ਮੈਂ ਭੋਗ 'ਤੇ ਗਈ ਹੋਈ ਸੀ, ਉਸ ਤੋਂ ਬਾਅਦ ਆ ਕੇ ਕੋਈ ਵੀਡੀਓ ਨਹੀਂ ਬਣਾਈ ਹੈਗੀ ਫਿਰ, ਅਤੇ ਭੋਗ ਤੋਂ ਆ ਕੇ ਬਸ ਫਿਰ ਥੋੜ੍ਹਾ ਕੁ ਚਿਰ ਕੀਤੀ ਮੈਂ ਰੈਸਟ। ਰੈਸਟ ਕਰਕੇ ਫਿਰ ਹੁਣ ਮੈਂ ਕਿਹਾ ਚਲੋ 6:15 ਹੋ ਗਏ, ਫਿਰ ਸਬਜ਼ੀ ਵਾਲਾ ਵੀਰ ਆ ਗਿਆ ਸੀਗਾ, ਫਿਰ ਮੈਂ ਉੱਧਰ ਮਨਪ੍ਰੀਤ ਦੀਦੀ ਕੋਲ ਬੈਠੀ ਸੀਗੀ, ਮੈਂ ਕਿਹਾ ਵੀ ਪਹਿਲਾਂ ਹੁਣ ਉੱਧਰੋਂ ਹੀ ਲੈ ਲੂੰਗੀ, ਅਤੇ ਆਪਾਂ ਬਣਾਵਾਂਗੇ ਆਲੂ ਛੋਲੀਆਂ, ਅਤੇ ਆਪਾਂ ਨੇ ਪਿਆਜ਼, ਹਰੀ ਮਿਰਚ, ਅਦਰਕ, ਲਸਣ ਚੋਪਰ 'ਚ ਚੋਪ ਕਰ ਲਿਆ, ਅਤੇ ਇਹਦੇ ਵਿੱਚ ਹੁਣ ਮੈਂ ਐਡ ਕਰ ਦੂੰਗੀ ਜੀਰਾ, ਤੇਲ ਹੋ ਗਿਆ ਆਪਣਾ ਗਰਮ, ਇਹਦੇ ਵਿੱਚ ਹੁਣ ਆਪਾਂ ਨੇ ਐਡ ਕਰ ਦਿੱਤਾ ਬਣੇ ਰਹੇ ਹੋ ਜੀ। ਮੈਂ ਆਹ ਚੰਗੀ ਤਰ੍ਹਾਂ ਸਾਫ਼ ਕਰ ਦੇਵਾਂ, ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਪਾ ਦੇਵਾਂ ਸਾਫ਼ ਕਰਕੇ। ਮਸਾਲਾ ਆਪਣਾ ਰੈਡੀ ਹੋ ਗਿਆ ਜੀ, ਲਾਲ ਟਮਾਟਰ ਵੀ ਵਿੱਚ ਐਡ ਕਰਤੇ, ਹੁਣ ਵਿੱਚ ਐਡ ਕਰ ਦੂੰਗੀ ਮੈਂ ਹਲਦੀ। ਇਹਨਾਂ ਵੀ ਹਲਦੀ ਦਾ ਕਲਰ ਨਹੀਂ ਵਧੀਆ ਹੈਗਾ, ਮਤਲਬ ਕਹਿੰਦਾ ਹਲਦੀ ਕਾਲੀ ਕਾਲੀ ਜਿਹੀ ਸਬਜ਼ੀ ਕਰ ਦਿੰਦੀ ਆ ਜ਼ਿਆਦਾ ਥੋੜ੍ਹੀ ਆ, ਹਨਾ ਇੰਨੀ ਘੱਟ ਪਾਉਂਦੇ ਆ, ਫਿਰ ਵੀ ਪਤਾ ਨਹੀਂ ਕਿਉਂ ਕਲਰ ਇੱਕ ਅੰਨਾ ਕਰਦੀ ਆ। ਜਮਾਂ ਥੋੜ੍ਹੀ ਜਿਹੀ ਪਾ ਕੇ ਦੇਖਦੀ ਹਾਂ ਵੀ ਕੀ ਚੱਕਰ ਆ, ਵਿਚਾਰਾ ਤੇਲ ਭੰਨ ਕੇ ਤਰੀ, ਕਿਉਂਕਿ ਮੈਂ ਨਵਾਂ ਪੈਕਟ ਖੋਲਿਆ, ਥੋੜ੍ਹੀ ਜਿਹੀ ਸਬਜ਼ੀ ਦਾ ਕਲਰ ਚੇਂਜ ਹੋ ਜਾਂਦਾ ਜੀ। ਜਾਂ ਫਿਰ ਮੈਂ ਜਿਹੜੀ ਆਹ ਰੈੱਡ ਚਿੱਲੀ ਪਾਉਂਦੀ ਹਾਂ ਦਹੀਂ ਵਿੱਚ, ਇਹਦਾ ਨਾ ਹੁੰਦਾ ਥੋੜ੍ਹੀ ਕਾਲੀ ਵੀ ਨਹੀਂ ਹੁੰਦੀ, ਮੈਨੂੰ ਤਾਂ ਥੋੜ੍ਹੀ ਡਾਰਕ ਜਿਹੀ ਹੋ ਜਾਂਦੀ ਆ। ਅਤੇ ਹੁਣ ਆਪਾਂ ਕੀ ਪਾਉਣਾ, ਕੀ ਪਾ ਦਿਓ, ਮੈਨੂੰ ਤਾਂ ਯਾਦ ਵੀ ਨਹੀਂ ਹੈਗਾ, ਹਲਦੀ ਪਾਤੀ ਆਪਾਂ ਨੇ, ਮਿਰਚ ਪਾਤੀ ਰੈੱਡ, ਅਤੇ ਉਹਦੇ ਵਿੱਚ ਪਾ ਦਾਂਗੇ ਆਪਾਂ ਆੜ ਵੱਧ ਦਾਂਗੇ ਨਮਕ, ਅਸੀਂ ਥੋੜ੍ਹਾ ਤੇਜ਼ ਖਾਂਦੇ ਹਾਂ ਥੋੜ੍ਹੀ, ਪਹਿਲਾਂ ਤਾਂ ਅਸੀਂ ਬਹੁਤ ਜ਼ਿਆਦਾ ਤੇਜ਼ ਖਾਂਦੇ ਸੀ ਮਿਰਚਾਂ, ਫਿਰ ਮੈਨੂੰ ਥੋੜ੍ਹੀ ਜਿਹੀ ਲੀਵਰ ਦੀ ਪ੍ਰੋਬਲਮ ਹੋ ਗਈ ਸੀ, ਤਾਂ ਕਰਕੇ ਥੋੜ੍ਹਾ ਜਿਹਾ ਘਟਾ ਤਾ, ਬਸ ਸਾਡੇ ਮਸਾਲੇ ਹੁੰਦੇ ਨੇ। ਅਤੇ ਬਾਅਦ ਵਿੱਚ ਮੈਂ ਪਾ ਦੂੰਗੀ ਇਹਦੇ 'ਚ ਤੇਲ ਵੀ ਛੱਡਦਾ ਇਹਨੇ ਆਪਣਾ ਮਸਾਲੇ ਨੂੰ, ਅਤੇ ਮਸਾਲਾ ਵਧੀਆ ਭੁੱਜਿਆ ਹੋਊਗਾ, ਸਬਜ਼ੀ ਆਪਣੇ ਆਪ ਟੇਸਟ ਵੀ ਬਣ ਜਾਂਦੀ ਆ। ਵਿੱਚ ਐਡ ਕਰ ਦਾਂਗੇ ਆਪਾਂ ਪਾਣੀ, ਇਹਨੂੰ ਥੋੜ੍ਹਾ ਜਿਹਾ ਪਾਣੀ ਵੱਧੇ ਪਊਗਾ, ਕਿਉਂਕਿ ਇਹ 'ਚ ਮਤਲਬ ਕਿ ਛੋਲਿਆਂ ਦੀ ਤਰ੍ਹਾਂ ਹੀ ਹੈ ਵੀ ਸਬਜ਼ੀ, ਹੁਣ ਇਹਨੂੰ ਟਾਈਮ ਲੱਗਦਾ ਹੈ। ਅਸੀਂ ਕਿੰਨਾ ਸੋਹਣਾ ਕਲਰ ਹੋ ਗਿਆ, ਅੱਜ ਮੈਂ ਘੱਟ ਪਾਈ ਆ, ਇਹਦਾ ਮਤਲਬ ਦੋ ਤੇਜ਼ ਆ ਹਲਦੀ ਦੇ, ਇਹਨੇ ਬਣ ਕੇ ਥੋੜ੍ਹੀ ਜਿਹੀ ਰਹਿ ਜਾਣਾ ਬਣ ਕੇ, ਕਿਉਂਕਿ ਇਹਨੂੰ ਛੋਲਿਆਂ ਨੂੰ ਨਾ ਟਾਈਮ ਲੱਗਦਾ ਥੋੜ੍ਹਾ ਜਿਹਾ ਇਹਨੂੰ ਰਿੱਝਣ ਨੂੰ, ਨਹੀਂ ਥੋੜ੍ਹੇ ਜਿਹੇ ਖੜੇ ਖੜੇ ਜਿਹੇ ਰਹਿੰਦੇ ਨੇ। ਫਿਰ ਧਨੀਆ ਪਾਵਾਂਗੇ ਆਪਾਂ ਲਾਸਟ 'ਚ, ਐਡ ਕਰ ਦੇਣੇ ਵਿੱਚ ਕਸੂਰੀ ਮੇਥੀ, ਲਓ ਜੀ ਹੁਣ ਇਹਨੂੰ ਪਟਾਕੇ ਬਣਾ ਲਏ। ਇਸ ਤੋਂ ਬਾਅਦ ਹੁਣ ਮੈਂ ਧਨੀਆ ਤੋੜ ਲੂੰਗੀ, ਥੋੜ੍ਹੀਆਂ ਤੋੜ ਕੇ ਆਪਣੇ ਇਹਦੇ 'ਚ ਉਹ ਕਰ ਲੂੰਗੀ, ਤਾਂ ਮੇਰੇ ਬੱਚੇ ਦਾ ਟਿਫਨ ਵਗੈਰਾ ਇਹ ਮੈਂ ਮਾਂਜ ਲਵਾਂ, ਕਿਉਂਕਿ ਇਹ ਵੀ ਮਾਂਜੇ ਬਿਨਾਂ ਸਾਰਨਾ ਨਹੀਂ ਹੈਗਾ। ਹੁਣ ਮੈਂ ਭਾਂਡਿਆਂ ਨੂੰ ਮਾਂਜ ਕੇ ਫਿਰ ਗੁੰਨੂੰਗੀ ਆਟਾ,
ਫਿਰ ਉਸ ਤੋਂ ਬਾਅਦ ਸਾਹਿਬ ਬਾਬਾ ਮੈਨੂੰ ਕਾਲ ਕਰ ਦੇਣਗੇ ਕਿ ਮੈਂ ਆਉਣ ਲੱਗੀ ਹਾਂ, ਫਿਰ ਮੈਂ ਜਦੋਂ ਬਣਾ ਲੂੰਗੀ ਰੋਟੀ ਅਤੇ ਤੁਸੀਂ ਮੇਰਾ ਵਲੋਗ ਨਾ ਬਣੇ ਰਹੀ ਹੋ, ਹਜੇ ਜਾਇਓ ਨਾ, ਸਾਹਿਬ ਬਾਬਾ ਦੇ ਆਏ ਤਾਂ ਸ਼ੂਟ ਕਰਾਂਗੇ ਬਾਕੀ ਵਲੋਗ ਆਪਾਂ। ਚੱਲ ਰਹੇ ਨੇ ਕਾਰਟੂਨ, ਸਹਿਜੋ ਨਹੀਂ ਆ ਗਏ ਸੀਗੇ 6:30 ਵਜੇ। ਕੀ ਖਾਣਾ ਪੁੱਤ? ਨਹੀਂ ਮੈਂ ਚਾਹ ਪੀਤੀ ਹੈ, ਮੈਂ ਨਹੀਂ ਪੀਣੀ ਖਾਣੀ, ਮੈਂ ਬਿਮਾਰ ਹੋ ਜਾਂਦੀ ਹਾਂ, ਤੈਨੂੰ ਪਤਾ ਤਾਂ ਹੈਗਾ। ਨਾ 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 ਮੈਂ ਨਹੀਂ ਖਾਣਦੀ। ਹਾਂ ਗਾਈਸ ਤੁਸੀਂ ਖਾ ਲਓ, ਦੇਖ ਲਓ ਭਾਬੀ ਜੋ ਕਹਿੰਦਾ ਗਾਈਸ ਤੁਸੀਂ ਖਾ ਲਓ। ਹੁਣ ਕਿਆ ਪੁੱਤ? ਹਾਂ ਹਾਂ ਲਓ ਖਾ ਲਓ ਜੀ, ਤੁਸੀਂ ਖਾ ਲਓ, ਮੈਂ ਨਹੀਂ ਖਾਂਦੀ ਹੈਗੀ। ਦੱਸਿਓ ਹੋਰ ਕੌਣ ਕੌਣ ਨਹੀਂ ਖਾਂਦਾ? ਲਸਾ ਦੀਦੀ ਹੋਰ ਦੱਸਿਓ ਕੌਣ ਕੌਣ ਨਹੀਂ ਖਾਂਦਾ? ਤਾਂ ਬਿਮਾਰ ਹੋ ਜਾਂਦੀ ਹਾਂ ਮੈਂ, ਬਿਲਕੁਲ ਵੀ ਨਹੀਂ ਖਾ ਸਕਦੀ, ਜੇ ਮੈਂ ਥੋੜ੍ਹੇ ਜਿਹੇ ਵੀ ਖਾ ਲਵਾਂ ਨਾ ਮੇਰਾ ਕੰਮ ਖਰਾਬ ਹੋ ਜਾਂਦਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ। ਅਤੇ ਮੈਂ ਨਹੀਂ ਖਾ ਸਕਦੀ ਹੈਗੀ ਗ੍ਰੇਪਸ ਵਗੈਰਾ, ਸਹਿਜੋ ਨਹੀਂ ਤਾਂ ਖਾ ਲੈਂਦੇ ਨੇ। ਇਹ ਤਾਂ ਰਾਤ ਨੂੰ 3 ਦਿਨ ਹੋ ਗਏ ਤੁਹਾਨੂੰ ਹੈ ਨਾ, ਰਾਤ ਨੂੰ 3 ਦਿਨ ਹੋ ਗਏ ਇਹ, ਸਹਿਜ ਸਹਿਜ ਦੇ ਪਾਪਾ ਅਭਿਜੋ ਤਿੰਨੋਂ ਜਾਣੇ ਇਹ ਰਾਤ ਨੂੰ, ਇਹਨਾਂ ਨੂੰ ਦੁਬਾਰੇ ਭੁੱਖ ਲੱਗਦੀ ਆ, ਹੁਣ ਇਹਨਾਂ ਨੂੰ ਬਹੁਤ ਭੁੱਖ ਲੱਗਣ ਲੱਗ ਗਈ। ਜਦੋਂ ਦੇਖ ਲਓ ਐਡੀ ਐਡੀ ਰਾਤਾਂ ਸੀ ਉਦੋਂ ਨਹੀਂ ਸੀ ਭੁੱਖ ਲੱਗਦੀ, ਹੁਣ ਇਹਨਾਂ ਨੂੰ ਭੁੱਖ ਲੱਗਣ ਲੱਗ ਗਈ। ਹੁਣ ਡੇਲੀ ਇਹਨਾਂ ਨੇ ਕਦੇ ਤਾਂ ਬਣਾਉਂਦੇ ਨੇ, ਕੀ ਬਣਾਉਂਦੇ ਆ, ਕੀ ਬਣਾਇਆ ਸੀ ਉਦਣ? ਨਹੀਂ ਗ੍ਰੇਪਸ ਖਾਂਦੇ ਹੋ, ਫਿਰ ਕਦੇ ਗੱਚਕ ਖਾਂਦੇ ਆ, ਕਦੇ ਕੀ ਖਾਂਦੇ ਸੀ ਹੋਰ, ਉਹ ਕੀ ਬਣਾਇਆ ਬੇਲਪੁਰੀ। ਇਹ ਡੇਲੀ ਕੁਛ ਨਾ ਕੁਛ, ਹੁਣ ਸਾਡੇ ਰੋਜ਼ ਰਾਤ ਨੂੰ 12 ਵਜੇ ਬਣਦਾ ਹੀ ਬਣਦਾ, ਰਾਤ ਨੂੰ ਸਹਿਜਪ੍ਰੀਤ ਬਣਾ ਕੇ ਦਿੰਦੀ ਆ, ਅਤੇ ਇਹ 3 ਜਾਣੇ ਖਾਂਦੇ ਨੇ। ਮੈਂ ਨਹੀਂ ਖਾਂਦੀ ਹੈਗੀ, ਮੈਂ ਬੇਲਪੁਰੀ ਦਾ ਖਾ ਲੈਂਦੀ ਹੁੰਦੀ 1-2 ਚਮਚ ਭਰਾ, ਮੈਂ ਫੂਡ ਫਰਾਟ ਨਹੀਂ। ਔਰੇਂਜ ਖਾਂਦੇ ਨੇ, ਇੰਨੀ ਠੰਡ ਦੇ ਵਿੱਚ ਮੈਨੂੰ ਦੇਖ ਦੇਖ ਕੇ ਇਹਨਾਂ ਨੂੰ ਠੰਡ ਚੜੀ ਜਾਂਦੀ, ਰਾਤ ਨੂੰ ਔਰੇਂਜ ਖਾਂਦੇ ਨੇ 12 ਵਜੇ। ਚਲੋ ਜੀ ਸਾਹਿਬ ਪਾਪਾ ਨੇ ਆਈ ਨਹੀਂ ਹਜੇ, ਉਹਨਾਂ ਨੂੰ ਕਾਲ ਕਰ ਲਈਏ, ਪੁੱਛੀਏ ਕਦੋਂ ਕਹਿੰਦੇ, ਫਿਰ ਰੋਟੀ ਬਣਾ ਕੇ ਤੁਹਾਨੂੰ ਫੇਰ ਮਿਲਾਂਗੇ। ਮਿੱਠੂ ਉਹਨਾਂ ਨੂੰ ਪਾਤੀ ਰੋਟੀ? ਅਭਿਜੋਤ ਮਿੱਠੂ ਉਹਨਾਂ ਨੂੰ ਪਾਓ ਫਿਰ, ਇਹ ਲੱਗੇ ਹੋਏ ਜੀ 3 ਜਾਣੇ ਰੋਟੀ ਖਾਣ। ਮੈਨੂੰ ਅੱਜ ਭੁੱਖ ਨਹੀਂ ਹੈਗੀ, ਮਤਲਬ ਕਿ ਮੇਰਾ ਨਾ ਦਿਲ ਨਹੀਂ ਠੀਕ ਹੈਗਾ, ਮਨ ਨਹੀਂ ਹੈਗਾ, ਹੋਰ ਕਿਵੇਂ ਹੋਇਆ ਪਿਆ, ਅਜੀਬ ਜਿਹਾ ਪਤਾ ਨਹੀਂ। ਤਾਂ ਮੈਂ ਚਾਹ ਉੱਪਰੇ ਜੇ ਟਾਈਮ, ਮਤਲਬ ਕਿ ਟਾਈਮ ਚਾਹ ਪੀ ਲਈ, ਮੈਂ ਚਾਹ ਪੀਤੀ ਆ 7 ਵਜੇ, ਹੋਰ ਅਜੀਬ ਜਿਹਾ ਹੋਇਆ ਪਿਆ। ਹੁਣ ਅੱਜ ਮੈਂ ਚਾਹ ਨਹੀਂ ਸੀ ਪੀਤੀ, ਤਾਂ ਕਰਕੇ ਮੈਂ 7 ਵਜੇ ਇਹ ਆਏ ਜਾਂ ਟਿਊਸ਼ਨ ਤੋਂ ਲਿਆਉਣੀ, ਫਿਰ ਮੈਂ ਕਿਹਾ ਚਲੋ ਵੀ ਬਣਾ ਲੈਂਦੀ ਹਾਂ, ਬਾਕੀ ਦੇਖੂੰਗੀ ਮੇਰਾ ਮੂਡ ਕੀਤਾ ਰੋਟੀ ਖਾਣ ਦਾ, ਫਿਰ ਦੇਖੂੰਗੀ ਜੇ ਠੀਕ ਹੋ ਗਿਆ ਮਨ ਜਿਹਾ ਸੈਰ ਕਰਕੇ ਆ ਕੇ, ਮਨ ਭਰਿਆ ਪਿਆ ਹੋਊਗਾ। ਹੋਰ ਕਿਵੇਂ ਹੋਇਆ? ਪਤਾ ਨਹੀਂ ਤਾਂ ਠੰਡ ਲੱਗ ਚੁੱਕੀ ਹੈ, ਕਿਉਂਕਿ ਮੈਨੂੰ ਠੰਡ ਬਹੁਤ ਲੱਗ ਰਹੀ ਆ, ਪਤਾ ਨਹੀਂ ਤਾਂ ਠੰਡ ਲੱਗ ਗਈ, ਮੇਰਾ ਸਿਰ ਵੀ ਦੁੱਖ ਰਿਹਾ, ਜਾਂ ਇੱਥੇ ਤਾਂ ਆਹ ਚੀਜ਼ ਦੁਖਦੀ ਆ। ਚਲੋ ਦੇਖਦੇ ਹਾਂ, ਆ ਕੇ ਦੇਖਦੀ ਹਾਂ, ਫਿਰ ਮੈਂ ਘੁੰਮਣ ਵੀ ਜਾਣਾ ਹੁਣ, ਪਹਿਲਾਂ ਸੈਰ ਕਰਕੇ ਆ ਕੇ ਜੇ ਮਨ ਸਹੀ ਹੋ ਗਿਆ ਫਿਰ ਖਾ ਲੂੰਗੀ, ਕਦੀ ਨਹੀਂ ਨਾ ਸਹੀ ਆਪਣੇ ਪੈ ਜਾਂਦੇ। ਚਲੋ ਜੀ ਇਹ ਰੋਟੀ ਖਾ ਲੈਣ, ਫਿਰ ਜਾਂਦੇ ਹਾਂ ਅਸੀਂ ਘੁੰਮਣ। ਦੇਖੋ ਜੀ ਸਾਡੇ ਪਰਿਵਾਰ ਨੂੰ ਲੱਗ ਗਈ ਭੁੱਖ, ਰੋਟੀ ਖਾਧੀ ਨੂੰ ਹਜੇ ਘੰਟਾ ਕੁ ਹੋਇਆ, ਹੁਣ ਭੁੱਖ ਲੱਗ ਗਈ। ਆਹ ਦੇਖੋ ਜੀ ਬਣ ਰਹੇ ਨੇ, ਇੰਨੇ ਨਹੀਂ ਬਣਨੇ, ਨਾਲ ਦੀ ਨਾਲ ਹੁਣ ਦੋਹੋ ਚਲਾ ਦਿਓ, ਆਹ ਦੇਖ ਜਲ ਗਏ, ਹੁਣ ਆ ਚੱਕਾ ਹੁਣ ਬਣਾਓ, ਜਲਦੇ ਨਹੀਂ ਮੈਨੂੰ ਪਤਾ, ਨਾ ਕਰੋ ਫਿਰ ਲਓ, ਕਹਿੰਦੇ ਮੈਨੂੰ ਬਣਾਉਣੇ ਆਉਂਦੇ ਨੇ, ਜਲ ਦੋ ਉੱਤੇ ਗਰਮ ਕਰਕੇ ਤੇਲ ਠੰਡਾ ਕਰਨਾ ਪੈਂਦਾ ਏ, ਪਤਾ ਕਰਨਾ ਪੈਂਦਾ ਮਾਮਾ। ਉਹ ਭਾਈ ਮੈਂ ਦੱਸ ਲਓ ਜੀ
ਮੇਰੇ ਘਰ ਵਾਲੇ ਨੂੰ ਸਾਰਾ ਕੁਛ ਬਣਾਉਣਾ ਆਉਂਦਾ। ਇੰਨੇ ਤਾਂ ਜਾ ਆਹ ਤਾਂ ਦੋ ਤਿੰਨ ਦਿਨ ਤਾਂ ਜਲ ਗਈ ਆ, ਇਹਨੂੰ ਮੈਂ ਹੀ ਬਣਾਇਆ, ਇਹਨੇ ਤੇਲ ਦੇਖੋ ਕਿੰਨਾ ਕੱਢ ਰਹੇ ਹੋ, ਇਹਨੂੰ ਨਿਚੋੜ ਨਿਚੋੜ ਕੇ ਕੱਢੋ। ਦੱਸ ਕੱਚੇ ਆ, ਆਹ ਕੱਚਾ ਬਾਅਦ ਮੂੰਹ ਚ ਕੇ ਰੱਖਿਆ ਹੋਇਆ, ਜਦ ਇਹ ਬਾਅਦ ਚ ਦੇਖਿਆ ਉਦੋਂ ਪਤਾ ਲੱਗਿਆ। ਤੇ ਮੈਂ ਰੋਟੀ ਖਾਧੀ ਨੀ, ਮੈਂ ਖਾਂਦੀ ਆ, ਮੈਂ ਤਰੀ ਜੀ ਨਾਲ ਰੋਟੀ ਚੂਰ ਕੇ ਖਾਊਂਗੀ, ਕਿਉਂਕਿ ਮੇਰਾ ਦਿਲ ਜਿਹਾ ਸਹੀ ਨੀ ਹੈਗਾ। ਇਹਨਾਂ ਸਵਾਦ ਵਿਗੜ ਜਾਣਾ, ਪਰ ਇਹੋ ਜਿਹਾ ਮੈਂ ਬਣਾਵਾਂ ਜਿੱਥੇ ਜਲੇ ਹੋਇਆਂ ਦਾ ਸਵਾਦ ਜਿਹਾ ਆਉਣ ਲੱਗ ਜਾਂਦਾ, ਇੱਥੇ ਤਾਂ ਬਹੁਤ ਛੇਤੀ ਜਲੇ ਹੋਇਆਂ ਦਾ ਸਵਾਦ ਆਉਣ ਲੱਗ ਜਾਂਦਾ। ਬਸ ਹੋ ਕੇ ਪਾਇਓ, ਬਸ ਹਲਾਈ ਚੱਲਦਾ ਇਹਨਾਂ ਨੂੰ, ਇਹ ਹਿੱਲਣ ਨਾਲ ਬਣਦੇ ਹੁੰਦੇ ਨੇ, ਬਸ ਆਹ ਦੇਖੋ ਹਿਲਾ ਦਿਓ ਹਿਲਾ ਦਿਓ ਹਿਲਾ ਦਿਓ, ਦੇਖਿਆ ਓਕੇ ਨਾ। ਪਤਾ ਮੈਨੂੰ ਤੂੰ ਮੈਨੂੰ ਵਿੱਚ ਬਸ ਉਹ ਡਿਸਟਰਬ ਕਰ ਦਿਆ, ਹੁਣ ਤਾਂ ਸਾਡੇ ਪਤਾ ਲੱਗੇਗਾ ਵੀ ਹਾਂ ਹਲਾਉਂਗਾ ਤਾਂ ਇੱਕ ਨਾ। ਉਹ ਬਸ ਮੈਨੂੰ ਮੈਨੂੰ ਪਤਾ ਵੀ ਵੱਧਦੇ ਨੇ ਹਲਾਏ ਤੇ, ਉਹ ਜਿਹੜੀ ਆਉਂਦੀ ਆ ਕੁਕਿੰਗ ਕਰਨੀ। ਹਾਂ ਆਉਂਦੀ ਆ। ਬਸ ਫਿਰ ਹੁਣ ਮੈਂ ਰੋਜ਼ ਦੇ ਬਹਾਨਾ ਲਾਇਆ ਕਰੂੰਗੀ, ਮੈਂ ਮੇਰੇ ਤੋਂ ਨਹੀਂ ਕੁਛ ਹੁੰਦਾ ਹੈਗਾ, ਰੋਟੀ ਰੋਟੀ ਬਣਾ ਕੇ ਖਾਓ। ਹੋਰ ਰੋਟੀ ਬਣਾਉਣੀ ਵੀ ਸਿੱਖੋ, ਦਾਲ ਸਬਜ਼ੀ ਬਸ ਕੱਢ ਲਓ ਕੱਢ ਲਓ ਕੱਢ ਲਓ ਕੱਢ ਲਓ। ਤੇਲ ਬਹੁਤ ਭਰ ਗਿਆ, ਤਾਂ ਬਹੁਤ ਹੈਗਾ ਆਈ ਹੈ, ਇੰਨੀ ਰਾਤ ਨੂੰ ਇੰਨਾ ਮੈਂ ਤਾਂ ਹਰਾਮ ਨਾ, ਨਾਲੇ ਰੋਟੀ ਖਾਧੀ ਆ ਸਾਰੇ ਟੱਬਰ ਨੇ, ਹੁਣ ਖਾ ਕੇ ਰੋਟੀ ਫਿਰ ਘੁੰਮ ਕੇ ਆਇਆ, ਹੁਣ ਫਿਰ ਭੁੱਖ ਲੱਗ ਗਈ, 12 ਵਜੇ ਫਿਰ ਲੱਗੂਗੀ, 12 ਵਜੇ ਫਿਰ ਖਾਣਗੇ। ਗ੍ਰੇਪਸ ਤਾਂ ਖਤਮ ਹੋ ਗਏ, ਆਹ ਖਾਣਗੇ 12 ਵਜੇ, ਪਾਇਆ ਫੇਰ ਦੂਰ, ਆਹ ਪਾਇਆ ਫੇਰ, ਆਹ ਪਾਇਆ ਫੇਰ, ਇਹ ਖਾਣਗੇ 12 ਵਜੇ। ਹੁਣ ਤੇਲ ਵਿੱਚ ਬਹੁਤ ਭਰਿਆ, ਹਲੋ ਜੀ ਨੇ ਜਿਹੜੇ ਹੋਏ ਜੀ ਤੁਸੀਂ ਵੀ ਖਾਣੇ ਹੋ, ਵਿੱਚ ਵਿੱਚ ਠੀਕ ਵੀ ਆ। ਚਲੋ ਜੀ ਇਹ ਵਲੌਗ ਦਾ ਅਸੀਂ ਇੱਥੇ ਕਰਦੇ ਹਾਂ ਐਂਡ, ਮਿਲਾਂਗੇ ਤੁਹਾਨੂੰ ਕੱਲ੍ਹ ਨਿਊ ਵਲੌਗ ਦੇ ਨਾਲ, ਨਵੇਂ ਸ਼ੁਰੂਆਤ ਦੇ ਨਾਲ। ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ, ਔਰ ਮੇਰੀ ਵੀਡੀਓ ਨੂੰ ਫੁੱਲ ਸਪੋਰਟ ਜ਼ਰੂਰ ਕਰਿਆ ਕਰੋ ਜੀ। ਮਿਲਦੇ ਹਾਂ ਜੀ ਕੱਲ੍ਹ ਨੂੰ ਆਪਾਂ, ਓਕੇ ਜੀ, ਬਾਏ ਬਾਏ, ਗੁੱਡ ਨਾਈਟ, ਟੇਕ ਕੇਅਰ, ਬਾਏ ਬਾਏ।